ਟੀਮਾਂ ਜੀ ਡੱਬਿਆਂ ਚ ਭਾਜੀ ਬੈਠਣਾ ਡੱਬੇ ਦੇ ਵਿੱਚ ਤੇ ਉੱਥੋਂ ਰੇਟ ਪਾਉਣੀ ਤੇ ਉੱਥੇ ਜਾ ਕੇ ਖਾਣਾ। ਅਗਲੀਆਂ ਟੀਮਾਂ ਜੀ ਗਰਾਊਂਡ ਚ ਆ ਜਾਓ, ਮੇਘੋਵਾਲ ਤੇ ਕਾਲੇ ਸੰਘਿਆ ਜੀ, ਇਹ ਟੀਮਾਂ ਤਿਆਰ ਹੋ ਕੇ ਗਰਾਊਂਡ ਚ ਆ ਜਾਓ ਜੀ। ਕਾਲੇ ਸੰਘਿਆ ਜੀ ਹੈ ਨਾ ਜੀ? ਹਾਂਜੀ ਹਾਂਜੀ। ਬਹੁਤ ਹੀ ਸਤਿਕਾਰਯੋਗ ਲੰਬੜਦਾਰ ਸੋਹਣ ਸਿੰਘ ਜੀ, ਸਾਰੀ ਪਿੰਡ ਤੋਂ ਉਹਨਾਂ ਦੇ ਨਾਲ ਸਾਧ ਸਿੰਘ ਜੀ ਸਾਹਿਬਾ ਬੈਠੇ ਹੋਏ ਆ, ਬਹੁਤ ਬਹੁਤ ਧੰਨਵਾਦ ਇਹਨਾਂ ਮੋਹਤਬਰ ਸ਼ਖਸੀਅਤਾਂ ਦਾ। ਡਾਢਾ ਪਿਆਰ ਮੁਹੱਬਤ ਕਰਦੇ ਨੇ ਮਾਂ ਖੇਡ ਕਬੱਡੀ ਨੂੰ ਤੇ ਬਹੁਤ ਹੀ ਸਤਿਕਾਰਯੋਗ ਪੂੰਗੇ ਪਿੰਡ ਤੋਂ ਸਾਡਾ ਵੀਰ ਮਨਤੇਜ ਸਿੰਘ ਬੈਂਸ, ਉਹ ਵੀ ਪੁੱਜਿਆ, ਉਹ ਵੀ ਦੇਖ ਰਿਹਾ, ਆਨੰਦ ਮਾਣ ਰਿਹਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਧਰਲੇ ਪਾਸੇ ਖੇਡ ਮੈਦਾਨ ਦੇ ਅੰਦਰ ਹੁਣ ਅਗਲੀ ਰੇਡ ਪੈਂਦੀ ਹੋਈ ਸੈਦੋਵਾਲ ਦੀ ਟੀਮ, ਆਓ ਖੱਬੇ ਹੱਥ ਹੈ ਸੱਜੇ ਹੱਥ ਟੀਮ ਸ਼ਾਮ ਚੁਰਾਸੀ ਦੀ, ਵਧੀਆ ਮੁਕਾਬਲਾ ਇਸ ਵੇਲੇ ਚੱਲਦਾ ਹੋਇਆ ਤੇ ਉਧਰਲੇ ਪਾਸੇ ਨੰਬਰ ਸੈਦੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ। ਪਰਖੇ ਜਾਣੇ ਵਿੱਚ ਮੈਦਾਨੇ ਮਿੱਤਰੋ ਜ਼ੋਰ ਜਵਾਨਾਂ ਦੇ, ਪਰਖੇ ਜਾਣੇ ਵਿੱਚ ਮੈਦਾਨੇ ਜ਼ੋਰ ਜਵਾਨਾਂ ਮੇਘੋਵਾਲ ਤੇ ਕਾਲਾ ਸੰਘਿਆ ਇਹ ਅਗਲਾ ਮੈਚ ਉਹਨਾਂ ਦੋਨਾਂ ਟੀਮਾਂ ਦੇ ਦਰਮਿਆਨ। ਉਧਰਲੇ ਪਾਸੇ ਕਬੱਡੀ ਜੱਗੂ ਦੀ ਮੈਦਾਨ ਵਿੱਚ ਪੈਂਦੀ ਹੋਈ ਵਧੀਆ ਅੰਦਾਜ਼ ਨਾਲ ਸੈਦੋਵਾਲੀਆ ਪਾਉਂਦਾ ਕਬੱਡੀ ਖੇਡ ਮੈਦਾਨ ਦੇ ਅੰਦਰ, ਉਹ ਹਲਕਾ ਟੱਚ ਮਾਰਿਆ, ਲੰਮੀ ਭਾਜ ਹੈ ਨੌਜਵਾਨ ਗੱਭਰੂ ਦੀ, ਦੇਖਦੇ ਆ ਵੀ ਹੁਣ ਕੀ ਗੱਲ ਬਣਦੀ ਹੈ, ਸਮਾਂ ਦੱਸੇਗਾ ਤੇ ਨੰਬਰ ਸੈਦੋਵਾਲ ਦੀ ਟੀਮ ਦੇ ਖਾਤੇ ਜੁੜਦਾ ਹੋਇਆ। ਬਹੁਤ ਵਧੀਆ ਇਹ ਮੈਚ, ਜਿਹਨਾਂ ਮਿਹਨਤਾਂ ਕਦੇ ਨਹੀਂ ਯਾਰੂ ਛੱਡੀਆਂ, ਅੱਜ ਖੇਡਦੇ ਮੈਦਾਨ ਚ ਕਬੱਡੀਆਂ, ਕਿ ਜਿਹਨਾਂ ਰੋਲਤੀ ਜਵਾਨੀ ਵਿੱਚ ਨਸ਼ਿਆਂ, ਉਹਨਾਂ ਨੇ ਕੀ ਖੂਣ ਖੂਣੇ ਨੇ ਕਿ ਕੁੰਡੀਆਂ ਦੇ ਸਿੰਘ ਜਾਰੂ ਫਸਣੇ ਤੇ ਅੱਜ ਹੀ ਨਿਤਾਰੇ ਹੋਣੇ ਨੇ, ਹੋਣਗੇ ਨਿਤਾਰੇ ਜਿੱਤਾਂ ਹਾਰਾਂ ਦੇ ਨੌਜਵਾਨੋ ਤੇ ਨੰਬਰ ਸ਼ਾਮ 84 ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਜਿੱਥੋਂ ਦਾ ਕਰਮਦੀਨ ਫੌਜੀ ਦੁਨੀਆਂ ਦਾ ਚਹੇਤਾ ਖਿਡਾਰੀ ਸਲਾਮੂ, ਕਹਿੰਦੇ ਵੀ ਕੈਨੇਡਾ ਦੇ ਵਿੱਚ ਖੇਡ ਰਿਹਾ, ਬੱਲੇ ਬੱਲੇ ਹੋ ਰਹੀ ਹੈ, ਸ਼ਾਮ 84 ਦਾ ਨਾਮ ਚਮਕਾ, ਦੋ ਵੀਰਾਂ ਨੇ ਕਦੇ ਸਲਾਮੂ ਦੀ ਗੱਲ ਕਦੇ ਫੌਜੀ ਦੀ ਗੱਲ, ਉਸੇ ਪਿੰਡ ਦੀ ਟੀਮ ਮੈਦਾਨ ਦੇ ਅੰਦਰ ਖੇਡਦੀ ਹੋਈ। ਉਧਰਲੇ ਪਾਸੇ ਦੇਖਦੇ ਆ ਵੀ ਨੌਜਵਾਨ ਨੇ ਕੋਸ਼ਿਸ਼ ਕਰ ਦਿੱਤੀ ਡੱਫਾ ਲਾਉਣ ਵਾਸਤੇ, ਗੁੱਟ ਫੜਦਾ ਹੈ ਤੇ ਆਹ ਜਿਹੜਾ ਨੰਬਰ ਹੈ ਸੈਦੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਮੈਂ ਪ੍ਰਬੰਧਕ ਕਮੇਟੀ ਦਾ ਤੇ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਜੋ ਹਰ ਸਾਲ ਵੱਡਾ ਉਦਮ ਕਰਦੇ ਇਸ ਖੇਡ ਮੇਲੇ ਨੂੰ ਸਫਲ ਕਰਨ ਦੇ ਲਈ, ਸੰਤ ਬਾਬਾ ਈਸ਼ਰਦਾਸ ਮੈਮੋਰੀਅਲ ਤੇਈਵਾਂ ਸ਼ਾਨਦਾਰ ਕਬੱਡੀ ਦਾ ਇਹ ਖੇਡ ਮੇਲਾ ਅੱਜ ਤੀਸਰੇ ਦਿਨ ਦੇ ਵਿੱਚ ਪ੍ਰਵੇਸ਼ ਕਰ ਗਿਆ ਔਰ ਕੱਲ੍ਹ ਨੂੰ ਚੌਥਾ ਦਿਨ ਹੋਵੇਗਾ ਜਿੱਥੇ ਆਲ ਓਪਨ ਕਲੱਬਾਂ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਗਿਆ, ਉੱਥੇ ਵੱਡੇ ਮਾਨ ਸਨਮਾਨ ਰੱਖੇ ਹੋਏ, ਨਾਲ ਹੀ ਬੈਸਟ ਰੇਡਰ ਤੇ ਡਾਫੀ ਨੂੰ ਐਲਸੀਡੀਆਂ ਦਿੱਤੀਆਂ ਜਾਣਗੀਆਂ। ਇਹ ਵੱਡੇ ਪੱਧਰ ਦਾ ਖੇਡ ਮੇਲਾ ਪਿੰਡ ਕਾਰੀ ਦਾ, ਸੰਤ ਮਹਾਪੁਰਸ਼ ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀ ਵਾਲਿਆਂ ਦੇ ਵੱਡੇ ਆਸ਼ੀਰਵਾਦ ਦੇ ਨਾਲ, ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਰੌਣਕਾਂ ਲੱਗਦੀਆਂ। ਤੇ ਇਧਰਲੇ ਪਾਸੇ ਦੇਖੀ ਵੀ ਸੈਦੋਵਾਲੀ ਆ ਆਪਣੀ ਟੀਮ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ। ਅਗਲੀ ਕਬੱਡੀ ਫਿਰ ਸ਼ਾਮ 84 ਵਾਲੇ ਦੀ ਮੈਦਾਨ ਵਿੱਚ ਪੈਂਦੀ ਹੋਈ, ਕਿ ਇੱਕ ਪਾਉਂਦਾ ਰੇਡ ਇੱਕ ਜੱਫਾ ਲਾਉਂਦਾ ਏ, ਤੱਕ ਤੱਕ ਲੋਕਾਂ ਨੂੰ ਨਜ਼ਾਰਾ ਆਉਂਦਾ ਏ, ਅੱਜ ਦੇਸ਼ ਪ੍ਰਦੇਸ਼ ਮਾਂ ਖੇਡ ਨੂੰ ਮਿਲਦਾ ਹੈ ਪਿਆਰ ਬੇਸ਼ੁਮਾਰ ਮਿੱਤਰੋ, ਕਿ ਵਲੀ ਪੁੱਤ ਮਾਮਾ ਦੇ ਕਬੱਡੀ ਖੇਡ ਕੇ ਬਣ ਜਾਂਦੇ ਸੁਪਰ ਸਟਾਰ ਮਿੱਤਰੋ, ਸੁਪਰ ਸਟਾਰਾਂ ਦੇ ਵਿੱਚ ਗੱਲਾਂ ਹੁੰਦੀਆਂ ਇਹਨਾਂ ਖਿਡਾਰੀਆਂ ਦੀਆਂ। ਤੇ ਪਾਸੇ ਦੇਖੀ ਵੀ ਹੁਣ ਅਗਲੀ ਕਬੱਡੀ ਸੈਦੋਵਾਲੀਏ ਦੀ ਪੈ ਚੁੱਕੀ ਹੈ, ਕਹਿੰਦੇ ਵੀ ਜਿੱਥੋਂ ਦੇ ਮੀਤੇ ਵਰਗੇ, ਜਿੱਥੋਂ ਦੇ ਬਿੰਦਰ ਵਰਗੇ, ਔਰ ਇਧਰਲੇ ਪਾਸੇ ਦੇਖਦੇ ਆ ਵੀ ਖੇਡ ਪ੍ਰਮੋਟਰਾਂ ਦੇ ਤੌਰ ਤੇ ਬੜੇ ਪ੍ਰਸਿੱਧ ਹੈ ਉਸ ਪਿੰਡ ਦੀ ਟੀਮ ਜਿਹੜੀ ਖੇਡਦੀ ਹੋਈ, ਤੇ ਇਧਰਲੇ ਪਾਸੇ ਕੋਸ਼ਿਸ਼ ਕੀਤੀ ਜੱਫਾ ਲਾਉਣ ਵਾਸਤੇ ਤੇ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਨੰਬਰ ਰੇਡਰ ਦਾ ਹੋ ਗਿਆ। ਅਗਲੀ ਕਬੱਡੀ ਫਿਰ ਸ਼ਾਮ 84 ਵਾਲੇ ਨੇ ਪਾ ਦਿੱਤੀ ਹੈ ਖੇਡ ਮੈਦਾਨ ਦੇ ਅੰਦਰ ਔਰ ਉਧਰਲੇ ਪਾਸੇ ਯਤਨ ਕੀਤਾ ਗਿਆ ਜੱਫਾ ਲਾਉਣ ਦੇ ਲਈ ਤੇ ਨੰਬਰ
इस वेले देखते हैं भी शाम चौरासी की टीम के खाते जुड़ता है। चल भी जग्गू पा कबड्डी नौजवान है, वेट के खेलता लोपर क्लबां भी खेलता। आ नौजवान सैदोवाली है जो इस वेले कबड्डी पा रहा है, पर चार खिलाड़ी शाम चौरासी के ने एक नंबर तो डकन का फिर यतन किया जा रहा है, पर इस वेले नंबर जिहड़ा है सैदोवाल की टीम के खाते जुड़ता हुआ। एक एक नंबर कीमती है इस मैच का। उधले पास हूं फिर देखते भी होशियारपुरिया नौजवान कबड्डी पाता हुआ जिले कपूरथले दे चार खिलाड़ी तैयार बर तैयार ने। रेल कोच फैक्ट्री का एरिया प्रसिद्ध किया हुआ इन्ह खिलाड़ियों ने, कदे गौंसल की गल कदे पखोवाल कदे सैदोवाल की धरती कदे बिहारी, पर एवें नहीं दुनिया भर के प्रसिद्ध हो। हेलो सरपंच साहब, सरपंच साहब इतने स्टेज पे आना। उधर पास से विसल बज चुकी है, नंबर रेडर के खाते के जुड़ता है। शाम चौरासी की टीम के खाते के नंबर का वाधा हो चुके है। हुण जग्गू कबड्डी पाउंदा सैदोवाली खेड मैदान दे अंदर के खेड नी कबड्डी ए खेडां विचों वड्डी ए किहने तेरा रखिया ई ना, खेड नी कबड्डी ए खेडां विचों वड्डी ए किहने तेरा रखिया ई ना। आओ हल्का टच मार के हंदिया नूं कूच कीता होया गबरू, देखदे आं भी कदे सज्जे हो रिहा कदे खब्बे, ते नंबर इस वेले रेडर दे खाते दे नाल। मैच की समाप्ति सैदोवाल की टीम जेतू है। इस मैच के सैदोवाल की टीम जेतू। उतो अगलिया टीमां भी आ जाओ जी, तैयार हो गए। मेघोवाल ते काले संघां दा मैच होगा, मेघोवाल ते काला संघां दी टीम। इस तो अगला मैच भेटां ते धालीवाल बेट, भेटां ते धालीवाल बेट की टीम तैयार होकर मैदान रिपोर्ट करेगी अगले मैच वास्ते। ते हुण जिहड़ा मैच होवेगा एक पासे मेघोवाल की टीम खेडेगी होशियारपुर जिले की, ते दूसरे पासे काले संघां दा नां गुरताज सिंह ताजे ने, घुद्दे ने, आओ कहिंदे वी शिंदर ने दुनिया भर दे विच प्रसिद्ध कर दिता। कदे नौजवानो महेंद्र मौड़ दीआं गल्लां, कदे जीते मौड़ दी गल मैदान दे विच चलदी, कदे मोड़े वर्गिआं दा नाम अज भी मैदानां दे विच गूंजदा। सुस्पिन की टीम है काला संघिया की टीम मैदान पहुंच चुकी है, दूसरे पास टीम मेघोवाल की खेडेगी। वधिया जिहड़ा मैच तकन योग होगा। उस तों बाद भेटा ते धालीवाल बेट, यह भी टीम मैदान के आ जाओ। भेटा ते धालीवाल
ਸ਼ਿੰਦਰ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਅੰਦਰ ਕਾਲੇ ਸੰਘਿਆਂ ਦਾ ਆ ਨੌਜਵਾਨ ਉਧਲੇ ਪਾਸੇ ਬਿੰਦੂ ਵੀ ਤਿਆਰ ਪਰ ਤਿਆਰ ਹੈ ਘੋੜਾ ਵੀ ਤਿਆਰ ਹੈ ਪਰ ਆਹ ਦੇਖਦੇ ਹਾਂ ਵੀ ਸਿੱਖ ਸਰਦਾਰ ਨੇ ਕੋਸ਼ਿਸ਼ ਕੀਤੀ ਹੈ ਜੇ ਜੱਫਾ ਲੱਗ ਗਿਆ ਤੇ ਫਿਰ ਤੁਸੀਂ ਕੀ ਕਰਨਾ ਤੁਹਾਨੂੰ ਪਤਾ ਹੀ ਆ ਦਰਸ਼ਕ ਵੀਰਿਓ ਮਾਰ ਦਿਓ ਤਾੜੀਆਂ ਇਸ ਨੰਬਰ ਦੇ ਉੱਪਰ ਜੇ ਜਾਫੀ ਨੂੰ ਜੱਫਾ ਲੱਗ ਗਿਆ ਤੇ ਤਾੜੀਆਂ ਵੱਜਣਗੀਆਂ ਕਿ ਜਦ ਵੀ ਤਾੜੀਆਂ ਵੱਜਦੀਆਂ ਨੇ ਪਤਾ ਲੱਗਦਾ ਮਨ ਨੂੰ ਲੱਗਿਆ ਦਾ ਕਿ ਦੁਨੀਆਂ ਐਵੇਂ ਨਹੀਂ ਪੂਜਦੀ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਚੱਲ ਵੀ ਅੰਮ੍ਰਿਤ ਪਾ ਕਬੱਡੀ ਨੌਜਵਾਨ ਅੰਮ੍ਰਿਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਾਲਾ ਦੂਸਰੇ ਪਾਸੇ ਮੱਲ ਉਧਰੇ ਪਾਸੇ ਦੇਖਾਂਗੇ ਵੀ ਹੁਣ ਆਓ ਸ਼ਿੰਦਰ ਵੀ ਤਿਆਰ ਪਰ ਤਿਆਰ ਖੇਡ ਮੈਦਾਨ ਦੇ ਵਿੱਚ ਵਿਉਤਬੰਦ ਅੰਦਾਜ਼ ਨਾਲ ਹੁਣ ਜੱਫਾ ਲੱਗੂਗਾ ਤੇ ਆਹ ਦੇਖਦੇ ਹਾਂ ਵੀ ਸ਼ਿੰਦਰ ਕਾਲੇ ਸੰਘਿਆਂ ਦਾ ਨੌਜਵਾਨ ਬਹੁਤ ਵਧੀਆ ਤਜਰਬੇ ਘਰ ਜਾਫੀ ਖੇਡ ਮੈਦਾਨ ਦੇ ਵਿੱਚ ਲਾ ਜੱਫਾ ਆਪਣੀ ਟੀਮ ਵਾਸਤੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਪਲਵਿੰਦਰ ਦੀ ਅਗਲੀ ਕਬੱਡੀ ਪੈ ਚੁੱਕੀ ਹੈ ਖੇਡ ਮੈਦਾਨ ਦੇ ਵਿੱਚ ਆਓ ਦੇਖਦੇ ਵੀ ਹੁਣ ਪਲਵਿੰਦਰ ਦੀ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਕਿ ਵੱਜਣਗੀਆਂ ਕੈਂਚੀਆਂ ਤੇ ਨਾਲੇ ਧੌਲ ਧਫੇ ਚਟਾਨਾ ਵਾਂਗੂ ਦੇਖੋ ਅੱਜ ਕਾਊਂਟ ਕਰਾਊਗਾ ਕਿ ਮੋੜੂਗਾ ਮੂੰਹ ਅੱਜ ਕੌਣ ਛੂਕ ਦੇ ਤੂਫਾਨਾਂ ਦੇ ਕਿ ਖੇਡ ਆਪਣੀ ਦਾ ਅੱਜ ਕੌਣ ਲੋਹਾ ਮਨਵਾਊਗਾ ਖਾਧੀ ਹੋਈ ਖੁਰਾਕ ਲਾਈ ਹੋਈ ਮਿਹਨਤ ਦਾ ਪਤਾ ਲੱਗੂ ਮਾਰ ਕੇ ਥਾਪੀ ਅੱਜ ਕਿਹੜਾ ਨੰਬਰ ਲਿਆਊਗਾ ਕਿ ਮਾਰ ਕੇ ਥਾਪੀ ਅੱਜ ਕਿਹੜਾ ਨੰਬਰ ਲੈ ਕੇ ਆਊਗਾ ਬਿੰਦੂ ਹੁਣ ਕਰਦਾ ਕਮਾਲ ਕਮਾਲ ਹੁੰਦਾ ਹੋਇਆ ਨੌਜਵਾਨ ਨੰਬਰ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅੰਮ੍ਰਿਤ ਫਿਰ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਆਓ ਅੰਮ੍ਰਿਤ ਦੀ ਅਗਲੀ ਕਬੱਡੀ ਨਾਲ ਆਪਾਂ ਜੁੜੀਏ ਤੇ ਆਹ ਦੇਖਾਂਗੇ ਵੀ ਮੱਲ ਤੇ ਸ਼ਿੰਦਰ ਦੋ ਖਿਡਾਰੀ ਦੁਨੀਆਂ ਜਾਣਦੀ ਹੈ ਇਹਨਾਂ ਨੂੰ ਕਿਤੇ ਵੀ ਨਾਮ ਚੱਲਦੇ ਨੇ ਖੇਡ ਮੈਦਾਨਾਂ ਦੇ ਵਿੱਚ ਆਓ ਅੰਮ੍ਰਿਤ ਹੁਣ ਅਗਲੀ ਕਬੱਡੀ ਪਾ ਰਿਹਾ ਕਾਲੇ ਸੰਘਿਆਂ ਦੇ ਖਿਡਾਰੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਤੇ ਧਾਵੇ ਨੂੰ ਫਿਰ ਠੱਲ ਪਾਉਣ ਦੇ ਲਈ ਸ਼ਿੰਦਰ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਖੁੱਚ ਪੁੱਟਣੀ ਤੇ ਕਬੱਡੀ ਵਿੱਚ ਮਾਰਨੀ ਹੈ ਬੜੀ ਔਖੀ ਢਾਕ ਮਿੱਤਰੋ ਕਿ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਨਸਰਾਲੇ ਵਾਲਾ ਹੁਣ ਅਗਲੀ ਕਬੱਡੀ ਪਾ ਰਿਹਾ ਹੈ ਲੱਕੀ ਖੇਡ ਮੈਦਾਨ ਦੇ ਅੰਦਰ ਆਓ ਦੇਖਦੇ ਹਾਂ ਬਈ ਆਓ ਲੱਕੀ ਦੀ ਕਬੱਡੀ ਪਈ ਹੋਈ ਕਿ 20ਵਾਂ ਟੱਪਿਆ ਤੇ 21ਵਾਂ ਸਾਲ ਹੋ ਗਿਆ ਕਿ ਕੱਦ ਕਾਠ ਮੁੰਡੇ ਦਾ ਕਮਾਲ ਹੋ ਗਿਆ ਚੜ ਗਈ ਹੈ ਅੰਥਰੀ ਜਵਾਨੀ ਜੱਟ ਤੇ ਆਓ ਮੁੰਡਾ ਪਾਉਂਦਾ ਹੈ ਕਬੱਡੀ ਥਾਪੀ ਮਾਰ ਪੱਟ ਤੇ ਡਬਲ ਟੱਚ ਹੋ ਗਿਆ ਜਗਦੀਪ ਕਹਿੰਦਾ ਵੀ ਡਬਲ ਟੱਚ ਹੋ ਗਿਆ ਤੇ ਨੰਬਰ ਕਾਲੇ ਸੰਘਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਮਰਨਾ ਹੀ ਆ ਪਿੰਡ ਦਾ ਜਗਦੀਪ ਹੈਪੀ ਬਿਜਲੀ ਵਰਗੇ ਆਓ ਕਮਲ ਦੀ ਗੱਲ ਹਰਦੀਪ ਦੀ ਗੱਲ ਬਾਦਲ ਵਰਗੇ ਨੌਜਵਾਨ ਬੰਟੀ ਦੀ ਗੱਲ ਹੋਵੇ ਅਮਰਤਪਾਲ ਵਰਗੇ ਅਮਨ ਜਿੰਨੇ ਵੀ ਖਿਡਾਰੀ ਨੇ ਕਾਰੀ ਤੇ ਸਾਰੀ ਨਗਰ ਦੇ ਮੈਂ ਸਾਰੇ ਖਿਡਾਰੀਆਂ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਰੀ ਦੇ ਟੂਰਨਾਮੈਂਟ ਤੇ ਕਾਰੀ ਦੇ ਟੂਰਨਾਮੈਂਟ ਤੇ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਸੰਤ ਮਹਾਪੁਰਸ਼ ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਇਹ ਰੌਣਕਾਂ ਲੱਗਦੀਆਂ ਉਧਰੇ ਪਾਸੇ ਸ਼ਿੰਦਰ ਦੀ ਕਬੱਡੀ ਤੇ ਬਿੰਦੂ ਕਰਦਾ ਕੋਸ਼ਿਸ਼ ਪਰ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅਗਲੇ ਮੈਚ ਵਾਸਤੇ ਟੀਮਾਂ ਤਿਆਰ ਰਹਿਣਗੀਆਂ ਭੇਟਾਂ ਤੇ ਧਾਲੀਵਾਲ ਬੇ ਉਸ ਤੋਂ ਬਾਅਦ ਰੁੜਕਾ ਖੁਰਦ ਤੇ ਪੰਡੋਰੀ ਮਟੂਆਂ ਦੀ ਟੀਮ ਇਹ ਟੀਮਾਂ ਸਮੇਂ ਦੇ ਨਾਲ ਤਿਆਰ ਰਹਿਣ ਇਧਰਲੇ ਪਾਸੇ ਅੰਮ੍ਰਿਤ ਫਿਰ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਅੰਮ੍ਰਿਤ ਦੀ ਕਬੱਡੀ ਆਓ ਦੇਖਦੇ ਵੀ ਕਾਲਾ ਕੋਸ਼ਿਸ਼ ਕਰਦਾ ਤਾਉਣ ਤੇ ਹੱਥ ਰੱਖਿਆ ਕੈਂਚੀ ਮਾਰੀ ਹੋਈ ਲੱਗ ਨੂੰ ਪਲੇਮਾ ਮਾਰਿਆ ਨੌਜਵਾਨ ਗੱਭਰੂ ਨੇ ਹੁਣ ਗੱਲ ਮੁਸ਼ਕਲ ਹੋ ਗਈ ਕਿ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਗੱਭਰੂ ਸ਼ੈਲ ਸ਼ਬੀਲੇ ਕਿ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਵੀ ਗੱਭਰੂ ਸ਼ੈਲ ਸ਼ਬੀਲੇ ਸ਼ੈਲ ਸ਼ਬੀਲੇ ਗੱਭਰੂ ਭਿੜਦੇ ਹੋਏ ਇੱਕ ਨੰਬਰ ਦੇ ਲਈ ਇੱਕ ਪਾਸੇ ਅੰਮ੍ਰਿਤ ਹੈ ਦੂਸਰੇ ਪਾਸੇ ਕਾਲਾ ਕਾਲਾ ਕਮਾਲ ਕਰਦਾ ਹੋਇਆ ਕਾਲੇ ਨੇ ਕਮਾਲ ਕਰਤਾ ਤੇ ਨੰਬਰ ਕਾਲੇ ਸੰਘਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਉਧਲੇ ਪਾਸੇ ਨਸਰਾਲੀਆ ਕਬੱਡੀ ਪਾਉਂਦਾ ਹੋਇਆ ਆਓ ਨਸਰਾਲੇ ਵਾਲੇ ਲੱਕੀ ਦੀ ਕਬੱਡੀ ਹੈ ਤੇਜ ਤਰਾਰ ਗੱਭਰੂ ਭੱਜਿਆ ਜਾਂਦਾ ਆਪਣੀ ਟੀਮ ਵਾਸਤੇ ਨੰਬਰ ਜੋੜਦਾ ਹੈ ਤੇ ਉਧਲੇ ਪਾਸੇ ਫਿਰ ਦੇਖੀ ਵੀ ਮੇਘੋਵਾਲੀਏ ਦੀ ਅਗਲੀ ਰੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਖੇਡ ਕਬੱਡੀ ਦੀ ਗੱਲ ਮੈਦਾਨ ਦੇ ਵਿੱਚ ਚੱਲ ਰਹੀ ਆ ਲਾਈਟਾਂ ਦਾ ਬਾਪ ਪੁਖਤਾ ਪ੍ਰਬੰਧ ਕੀਤਾ ਹੋਇਆ ਪ੍ਰਬੰਧ ਕਮੇਟੀ ਵੱਲੋਂ ਵੱਡੇ ਪੱਧਰ ਦੀਆਂ ਟੀਮਾਂ ਪੁੱਜੀਆਂ ਸਾਰੀਆਂ ਟੀਮਾਂ ਐਂਟਰ ਕੀਤੀਆਂ ਪ੍ਰਬੰਧ ਕਮੇਟੀ ਨੇ ਖਿਡਾਰੀਆਂ ਨੇ ਵੀ ਵੱਡਾ ਸਹਿਯੋਗ ਦਿੱਤਾ ਸਮੇਂ ਦੇ ਨਾਲ ਟੀਮਾਂ ਪੁੱਜ ਰਹੀਆਂ ਨੇ ਖੇਡ ਮੈਦਾਨ ਦੇ ਵਿੱਚ ਸੋ ਵੱਡੇ ਮਾਣ ਦੀ ਗੱਲ ਹੈ ਤੇ ਇਧਰਲੇ ਪਾਸੇ ਪਲਵਿੰਦਰ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਆਓ ਕਾਲੇ ਸੰਘਿਆਂ ਦੀ ਧਰਤੀ
और दुनिया के स्टार खिलाड़ी उस धरती ने पैदा किए हुए है। देखते हैं भी बलविंदर इस वेले वध के टच लाउंदा है खेड मैदान के अंदर जीदारी दे जीदारी कोशिश की जा रही है जफा लाने वास्ते भी आओ देखते भी हुण बिंदू करदा कमाल इधरले पासे हुण गल मुश्किल होगी ते नंबर जाफी के खाते जुड़ गया है मेघोवाल की टीम के खाते के नंबर का वाधा हो गया। सिख सरदार गबरू की कबड्डी मैदान पेंदी हुई कि मर जावे मन आवे गुरु की सिखी बड़ी न्यारी सिर कटदा कट जावे सिख दी कैम रहे सरदारी कि दुनिया के नक्शे ते वखरा सिख दिसूगा तेरा सरबंस दानी आवे देना कौन देऊगा तेरा कि सरबंस दानी आवे देना कौन देऊगा तेरा। श्री गुरु गोबिंद सिंह जी महाराज जी की बख्शी हुई सिखी और इतिहास की गल जी है अक्सर खेड मैदान की जाती है बहुत वधिया अंदाज जफा लगा है। इधरले पासे शिंदर ने अगली जी रेड है खेड मैदान पा दी आओ शिंदर कबड्डी पाउंदा है बल्ले बल्ले हुंदी कदे सज्जे कदे खब्बे चलदा मुकाबला देखदे आं भी हुण की गल बनदी है भी समा बीतदा जा रहा है हल्का टच ते नंबर इस वेले काले संघां दा इस तरह मैच खत्म है काले संघां दी टीम जेतू रही है जिस चलते मैच दे विच अगला मैच भेटा ते धालीवाल बेट भेटा ते धालीवाल बेट दी टीम जेड़ी गड्डी में शील्ड है भैया गड्डी लॉक कर दो जी जेड़ी भी गड्डी शील्ड है भैया ओपन पिंड पद्धरी जिहड़ियां भी टीमां जित्तियां हैं उहनां दा इक इक प्लेयर इत्थे आ जावे इस मैच तों बाद टाइयां पैणगियां हांजी बहुत सोहणा मैच खेड मैदान दे विच चल रहा है बहुत सोहना मैच एक पासे भेटा की टीम दूसरे पासे धालीवाल बे आओ देखते हैं भी नौजवान की कबड्डी पई हुई है चार खिलाड़ी धालीवाल के तैयार बरतार ने मुकाबला बड़ा शानदार है खेड मैदान चलता हुआ आओ दो नंबर तो रखने का यत्न किया जा रहा लंबी भाज है कदे सज्जे हुंदा कदे खब्बे ते नंबर भेटा की टीम के खाते के जुड़ता हुआ भेटा की टीम के लिए नौजवान एक नंबर का वाधा कर दिता और इधरले पास अगली कबड्डी खेड मैदान हनी धालीवाल का हनी खेड मैदान कबड्डी पा रहे हैं चार खिलाड़ी तैयार ने
ਭੇਟਾਂ ਦੀ ਧਰਤੀ ਬਲੇਰ ਖਾਨਪੁਰ ਦਾ ਏਰੀਆ ਹੈ। ਕਦੇ ਸੁਨਣਵਾਲ ਦੀ ਗੱਲ, ਕਦੇ ਕਾਲੇ ਸੰਗਿਆਂ ਦਾ ਜ਼ਿਕਰ ਹੁੰਦਾ ਹੈ, ਕਦੇ ਕਹਿੰਦੇ ਵੀ ਸੰਧੂ ਚੱਠੇ ਦੀ ਗੱਲ ਹੁੰਦੀ ਆ, ਪਰ ਉਧਰਲੇ ਪਾਸੇ ਹੁਣ ਡੱਕਣ ਦਾ ਯਤਨ ਜੋ ਚੱਲ ਰਿਹਾ ਹੈ ਬਹੁਤ ਵਧੀਆ ਅੰਦਾਜ਼ ਤੇ ਹਨੀ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਜਗਦੀਪ ਵਿਸਲ ਮਾਰਦਾ ਇਸ਼ਾਰਾ ਕਰਦਾ ਤੇ ਇਧਰਲੇ ਪਾਸੇ ਅਗਲੀ ਕਬੱਡੀ ਫਿਰ ਭੇਟਾਂ ਦੇ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਚਾਰ ਖਿਡਾਰੀ ਤਿਆਰ ਨੇ ਧਾਲੀਵਾਲ ਦੇ ਚੱਲ ਵੀ ਘੋਨਾ ਗੀਤੂ ਕਰੂ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਗਾਉਂ ਡੱਕੂਗਾ ਉਹ ਸਮਾਂ ਤੱਕਦੇ ਆ ਵੀ ਘੋਨਾ ਫਿਰ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਡੱਕਣ ਦੇ ਲਈ ਪਰ ਨੰਬਰ ਭੇਟਾਂ ਦੀ ਟੀਮ ਵਾਸਤੇ ਜੁੜਦਾ ਹੋਇਆ ਰੁੜਕਾ ਖੁਰਦ ਤੇ ਪੰਡੋਰੀ ਮਟੂਆਂ ਦੀ ਟੀਮ ਮੈਦਾਨ ਦੇ ਵਿੱਚ ਰਿਪੋਰਟ ਕਰੇ ਅਗਲਾ ਮੈਚ ਖੇਡਣ ਵਾਸਤੇ ਰੁੜਕਾ ਖੁਰਦ ਤੇ ਪੰਡੋਰੀ ਮਟੂਆਂ ਦੀ ਟੀਮ ਦੇ ਖਿਡਾਰੀ ਅਗਲਾ ਜੋ ਮੈਚ ਖੇਡਣ ਵਾਸਤੇ ਖੇਡ ਮੈਦਾਨ ਦੇ ਵਿੱਚ ਆਉਣ ਹੈਪੀ ਧਾਲੀਵਾਲ ਦਾ ਅਗਲੀ ਕਬੱਡੀ ਪਾਉਣ ਵਾਸਤੇ ਖੇਡ ਮੈਦਾਨ ਦੇ ਵਿੱਚ ਵਧਿਆ ਹੈਪੀ ਉਹ ਹੈਪੀ ਦੀ ਰੇਡ ਪਈ ਹੋਈ ਹੁਣ ਦੇਖਦੇ ਵੀ ਕੌਣ ਕਰਦਾ ਮੁਕਾਬਲਾ ਇੱਕ ਨੰਬਰ ਤੇ ਫਿਰ ਯਤਨ ਹੋਇਆ ਪਰ ਨੰਬਰ ਇਸ ਵੇਲੇ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਪ੍ਰਬੰਧ ਕਮੇਟੀ ਦਾ ਗ੍ਰਾਮ ਪੰਚਾਇਤ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਵੱਡੇ ਉਦਮ ਦੇ ਨਾਲ ਜੱਸਾਕਾਰੀ ਗੀਤੂ ਫਿਰ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਡੱਕ ਪਾਉਣ ਦੇ ਲਈ ਆਓ ਦੇਖਦੇ ਹਾਂ ਵੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਨੰਬਰ ਰੇਡਰ ਦੇ ਖਾਤੇ ਜੁੜ ਗਿਆ ਆਓ ਨੰਬਰ ਇਸ ਵੇਲੇ ਭੇਟਾਂ ਦੀ ਟੀਮ ਵਾਸਤੇ ਜੁੜਦਾ ਹੋਇਆ ਕਿ ਜੇ ਕੈਂਚੀਆਂ ਖਾਕ ਰੋਕੇਗੀ ਹਮੇ ਪਰ ਫੈਲਾ ਹਮ ਹੌਸਲੋਂ ਸੇ ਉੜਾ ਕਰਤੇ ਹੈ ਹਮ ਹੌਸਲੋਂ ਸੇ ਉੜਾ ਕਰਤੇ ਹੈ ਹਨੀ ਅਗਲੀ ਕਬੱਡੀ ਪਾ ਰਿਹਾ ਮਟਕ ਜਿਹੀ ਤੋਰ ਹੈ ਖਿਡਾਰੀ ਦੀ ਮੈਦਾਨ ਦੇ ਵਿੱਚ ਤੇ ਦੇਖਦੇ ਹਾਂ ਵੀ ਉਹ ਦੋ ਨੰਬਰ ਤੋਂ ਫਿਰ ਯਤਨ ਕੀਤਾ ਜਿਹੜਾ ਫਲ ਲਾਉਣ ਵਾਸਤੇ ਪੈਰ ਉਖੜ ਰਹੇ ਨੇ ਤੇ ਨੰਬਰ ਇਸ ਵੇਲੇ ਦੇਖਦਾ ਵੀ ਜਾਫੀ ਦਾ ਨੰਬਰ ਭੇਟਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਭੇਟਾਂ ਦੀ ਟੀਮ ਵਾਸਤੇ ਇੱਕ ਹੋਰ ਨੰਬਰ ਜੁੜ ਗਿਆ ਇਧਰਲੇ ਪਾਸੇ ਹੁਣ ਦੇਖੀ ਵੀ ਭੇਟਾਂ ਦੇ ਗੱਭਰੂ ਦੀ ਅਗਲੀ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਵਧੀਆ ਅੰਦਾਜ਼ ਦੇ ਨਾਲ ਨੌਜਵਾਨ ਨੇ ਰੇਡ ਪਾਈ ਹੋਈ ਹੈ ਚਾਰ ਖਿਡਾਰੀ ਅਗਲੇ ਪਾਸੇ ਧਾਲੀਵਾਲ ਬੇਟਦੇ ਆ ਧਾਲੀਵਾਲ ਬੇਟ ਔਰ ਇਧਰਲੇ ਪਾਸੇ ਘੋਨਾ ਗੀਤੂ ਤਿਆਰ ਬਰ ਤਿਆਰ ਦੋ ਨੰਬਰ ਤੋਂ ਖੁੱਚ ਪੁੱਟੀ ਹੋਈ ਬੱਲੇ ਬੱਲੇ ਹੋ ਗਈ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਸ਼ਾਨਦਾਰ ਅੰਦਾਜ਼ ਦੇ ਨਾਲ ਨੌਜਵਾਨ ਨੇ ਕੋਸ਼ਿਸ਼ ਕੀਤੀ ਆ ਔਰ ਇਧਰਲੇ ਪਾਸੇ ਤੇ ਨੰਬਰ ਜਾਫੀ ਦੇ ਖਾਤੇ ਆ ਧਾਲੀਵਾਲ ਬੇਟ ਦੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੁੜਦਾ ਹੋਇਆ ਹੈਪੀ ਧਾਲੀਵਾਲ ਦਾ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਓ ਹੈਪੀ ਵਧੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਇਸ ਖਿਡਾਰੀ ਦੇ ਨਾਲ ਕੌਣ ਦੋ ਹੱਥ ਕਰਦਾ ਹੈ ਕੌਣ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਹੈ ਇਸ ਖਿਡਾਰੀ ਨੂੰ ਧਾਵਾ ਬੋਲ ਦਿੱਤਾ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ ਹਲਕਾ ਟੱਚ ਮਾਰਿਆ ਤੇ ਨੰਬਰ ਉਹ ਲੈਂਡ ਟੱਚ ਹੋ ਗਈ ਤੇ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਭੇਟਾਂ ਤੇ ਧਾਲੀਵਾਲ ਵੀ ਪੰਡੋਰੀ ਮਟੂਆਂ ਦੀ ਟੀਮ ਆ ਗਈ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰੁੜਕਾ ਖੁਰਦ ਵੀ ਜੇਤੂ ਟੀਮਾਂ ਨੂੰ ਸੱਦਾ ਦਿੱਤਾ ਗਿਆ ਸਟੇਜ ਦੇ ਉੱਪਰ ਵੀ ਟਾਈਆਂ ਪੈਣਗੀਆਂ ਜੇਤੂ ਟੀਮਾਂ ਦਾ ਇੱਕ ਖਿਡਾਰੀ ਸਟੇਜ ਕੋਲ ਪਹੁੰਚੇ ਤੇ ਇਧਰਲੇ ਪਾਸੇ ਸ਼ਾਨਦਾਰ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਧਾਲੀਵਾਲ ਦੀ ਟੀਮ ਵਾਸਤੇ ਇੱਕ ਹੋਰ ਨੰਬਰ ਦਾ ਵਾਧਾ ਹੋ ਚੁੱਕਿਆ ਤੇ ਇਧਰਲੇ ਪਾਸੇ ਹਨੀ ਮੈਦਾਨ ਦੇ ਵਿੱਚ ਪੈਂਦੀ ਹੋਈ ਹਨੀ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਕਿ ਪੱਟਾਂ ਵਿੱਚ ਜਾਣ ਹੋਵੇ ਡਾਵਿਆਂ ਤੇ ਮਾਣ ਹੋਵੇ ਮਾਸ ਉੱਤੇ ਚੁੰਡੀ ਨਾ ਜਾਵੇ ਵੱਡੀ ਮਿੱਤਰੋ ਤੇ ਫਿਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ ਫਿਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ ਕਬੱਡੀ ਖੇਡਦੇ ਹੋਏ ਖਿਡਾਰੀ ਮੈਦਾਨ ਦੇ ਅੰਦਰ ਉਧਰਲੇ ਪਾਸੇ ਇੱਕ ਨੰਬਰ ਤੋਂ ਯਤਨ ਕੀਤਾ ਡੱਫਾ ਲਾਉਣ ਦੇ ਲਈ ਲੰਮੀ ਭਾਜ ਹੈ ਹਨੀ ਦੀ ਇਸ ਵੇਲੇ ਤੱਕਣ ਯੋਗ ਪਰ ਦੂਸਰੇ ਪਾਸੇ ਹੁਣ ਮੁਕਾਬਲਾ ਬੜਾ ਸ਼ਾਨਦਾਰ ਭੇਟਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਭੇਟਾਂ ਦਾ ਇਧਰਲੇ ਪਾਸੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੀਤੂ ਕਰੂ ਕਮਾਲ ਘੋਨਾ ਕਰੂ ਕਮਾਲ ਇਹ ਸਮਾਂ ਦੱਸੇਗਾ ਉਹ ਸਮੇਂ ਦੇ ਉੱਪਰ ਬੋਲਿਆ ਹੋਇਆ ਧਾਵਾ ਗੱਭਰੂ ਨੇ ਦੇਖਦੇ ਆ ਵੀ ਕੌਣ ਡੱਕਦਾ ਇਸ ਨੌਜਵਾਨ ਨੂੰ ਹੁਣ ਆਓ ਕਦੇ ਸੱਜੇ ਆਓ ਗੀਤੂ ਕਰਦਾ ਮੁਕਾਬਲਾ ਧਾਲੀਵਾਲ ਦਾ ਹੁਣ ਖੇਡ ਮੈਦਾਨ ਦੇ ਵਿੱਚ ਉਹ ਸਿਰੇ ਦੀ ਟੱਕਰ ਚੱਲਦੀ ਹੋਈ ਗੱਲ ਜ਼ੋਰ ਦੀ ਹੈ ਤੇ ਨੰਬਰ
ਭੇਟਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਹੈਪੀ ਧਾਲੀਵਾਲ ਅਗਲੀ ਕਬੱਡੀ ਪਾਉਂਦਾ ਹੋਇਆ ਹੁਣ ਖੇਡ ਮੈਦਾਨ ਦੇ ਵਿੱਚ ਹੈਪੀ ਇਧਰਲੇ ਪਾਸੇ ਹੈਪੀ ਨੇ ਹੁਣ ਰੇਡ ਪਾ ਦਿੱਤੀ ਆ ਮੇਰੀ ਪੀਰੀ ਖੇਡ ਕਲੱਬ ਦੇ ਲਈ ਖੇਡਦਾ ਖਿਡਾਰੀ ਆ ਨੌਜਵਾਨ ਤੇ ਉਧਰਲੇ ਪਾਸੇ ਹੁਣ ਦੇਖਦੇ ਹਾਂ ਵੀ ਆਓ ਮੁਕਾਬਲਾ ਕਰਦਾ ਨੌਜਵਾਨ ਕਦੇ ਸੱਜੇ ਹੁੰਦਾ ਕਦੇ ਖੱਬੇ ਕਦੇ ਸੱਜੇ ਤੇ ਨੰਬਰ ਧਾਲੀਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਰੋਕਿਆ ਕਦੇ ਨਾ ਰੁਕਦੀਆਂ ਨੇ ਲਹਿਰਾਂ ਵੀ ਝਨਾਬ ਦੀਆਂ ਅਣਖ ਨਾਲ ਭਰੀਆਂ ਹੋਈਆਂ ਜਵਾਨੀਆਂ ਪੰਜਾਬ ਦੀਆਂ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਆਨੰਦ ਮਾਣਦੇ ਹੋਏ ਦਰਸ਼ਕ ਜੋ ਸਵੇਰ ਤੋਂ ਜੁੜੇ ਹੋਏ ਆ ਸਾਰਿਆਂ ਦਾ ਧੰਨਵਾਦ ਇਧਰਲੇ ਪਾਸੇ ਉਖੜੇ ਹੋਏ ਪੈਰ ਤੇ ਆਹ ਦੇਖਾਂਗੇ ਵੀ ਜੀਤੂ ਨੇ ਕਮਾਲ ਕਰਕੇ ਆਪਣੀ ਟੀਮ ਵਾਸਤੇ ਨੰਬਰ ਜੋੜ ਦਿੱਤਾ ਉਧਰਲੇ ਪਾਸੇ ਕੁਲਪ੍ਰੀਤ ਸਿੰਘ ਸਮਰਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਵੇਗਾ ਗੁਰਦਿਆਲ ਸਿੰਘ ਪੱਡੇ ਆਹ ਖਿਡਾਰੀ ਯੂਰਪ ਖੇਡ ਆਇਆ ਕਹਿੰਦੇ ਵੀ ਆਓ ਨੌਜਵਾਨ ਕੁਲਪ੍ਰੀਤ ਬੜਾਲੇ ਮਾਹੀ ਦਾ ਖੇਡ ਮੈਦਾਨ ਦੇ ਵਿੱਚ ਕਦੇ ਸ਼ਿੰਦਰ ਹੁਣਾਂ ਦੀ ਗੱਲ ਚੱਲਦੀ ਖੇਡ ਮੈਦਾਨਾਂ ਦੇ ਵਿੱਚ ਜੱਗੀ ਹੁਣਾਂ ਦਾ ਨਾਮ ਗੂੰਜਦਾ ਹੈ ਸੋ ਉਸੇ ਪਿੰਡ ਦਾ ਆ ਨੌਜਵਾਨ ਕਦੇ ਚੰਨੇ ਦੇ ਜੱਫਿਆਂ ਦੀ ਗੱਲ ਆਓ ਇਸ ਵੇਲੇ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਉਹ ਕੁਲਪ੍ਰੀਤ ਆਪਣੀ ਟੀਮ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ ਚੱਲ ਵੀ ਭੇਟਾਂ ਵਾਲਾ ਹੁਣ ਅਗਲੀ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਕਿਹੋ ਜਿਹਾ ਕਰੂਗਾ ਕਮਾਲ ਧਾਲੀਵਾਲ ਦੇ ਖਿਡਾਰੀ ਅਗਲੇ ਪਾਸੇ ਤਿਆਰ ਬਰ ਤਿਆਰ ਨੇ ਆਓ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਨੰਬਰ 22 ਦਾ ਚੱਲ ਵੀ ਹੈਪੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਕਿ ਸਾਨੂੰ ਅੱਡੀਆਂ ਚੁੱਕ ਚੁੱਕ ਦੇਖ ਸਾਡੇ ਪੱਟਾਂ ਦੇ ਵਿੱਚ ਜਾਨ ਹਿੱਕਾਂ ਵਾਂਗ ਆਕਾਸ਼ ਦੇ ਸਾਡੇ ਡੌਲਿਆਂ ਵਿੱਚ ਤੂਫਾਨ ਹੱਥ ਜਿਹੜੇ ਕੰਮ ਨੂੰ ਪਾ ਲਈਏ ਉਹਦੇ ਬਣ ਜਾਈਏ ਸੁਲਤਾਨ ਕਿ ਬਛਵਾਣੀਆਂ ਸ਼ੌਂਕ ਕਬੱਡੀ ਖੇਡਣ ਦਾ ਜੋ ਸਾਡੀ ਮੁੱਢ ਤੋਂ ਹੈ ਜਿੰਦ ਜਾਨ ਉਧਰਲੇ ਪਾਸੇ ਹੈਪੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਜਾਰੀ ਹੈ ਪਰ ਨੰਬਰ ਇਸ ਵੇਲੇ ਧਾਲੀਵਾਲ ਦੀ ਟੀਮ ਦਾ ਇਸ ਦੇ ਨਾਲ ਮੈਚ ਖਤਮ ਹੋ ਗਿਆ ਧਾਲੀਵਾਲ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਧਾਲੀਵਾਲ ਜੇਤੂ ਬਈ ਜਿਹੜੀਆਂ ਟੀਮਾਂ ਜਿੱਤੀਆਂ ਓਪਨ ਪਿੰਡ ਪੱਧਰ ਦੀਆਂ ਉਹਨਾਂ ਦੇ ਇੱਕ ਇੱਕ ਪਲੇਅਰ ਇੱਥੇ ਆ ਜਾਓ ਅਸੀਂ ਟਾਈਆਂ ਪਾਉਣ ਲੱਗੇ ਹਾਂ ਬਾਅਦ ਚੋਂ ਬਾਜੀ ਕਿਸੇ ਵੀ ਪਲੇਅਰ ਨੂੰ ਕੋਈ ਓਬਜੈਕਸ਼ਨ ਨਾ ਹੋਵੇ ਜਲਦੀ ਆ ਜਾਓ ਅਸੀਂ ਟਾਈਆਂ ਪਾਉਣ ਲੱਗੇ ਹਾਂ ਪਟੋਰੀ ਬਗੂੜ ਮਠੱਟਾ ਕਲਾ ਚੱਕ ਦੇਸਰਾਜ ਸਿਦਮਾ ਦੋਨਾ ਕਾਰੀ ਫਲਪੁਰਤਾ ਏ ਵੀਰ ਪਿੰਡ ਪੁਰ ਹੀਰਾ ਸੈਦੋਵਾਲ ਕਾਲਾ ਸੰਧਿਆ ਏ ਧਾਲੀਵਾਲ ਵੇਟ ਤੇ ਰੋੜਕਾ ਖੋਰਦ ਤੇ ਪਟੋਰੀ ਮਠੂਆ ਵਿੱਚ ਜਿਹੜਾ ਮੈਚ ਹੋ ਰਿਹਾ ਇਹਨਾਂ ਦੀ ਪਰਚੀ ਪਾ ਦਿੱਤੀ ਜਾਊਗੀ ਤੇ ਉਸ ਤੋਂ ਇਲਾਵਾ ਮੁਜ਼ੱਫਰਪੁਰ ਵਧੀਆ ਮੈਚ ਚੱਲ ਰਿਹਾ ਖੇਡ ਮੈਦਾਨ ਦੇ ਅੰਦਰ ਟਾਈਆਂ ਪੈ ਰਹੀਆਂ ਨੇ ਜੇਤੂ ਟੀਮਾਂ ਦਾ ਇੱਕ ਖਿਡਾਰੀ ਸਟੇਜ ਤੇ ਪੁੱਜੇ ਬਾਅਦ ਦੇ ਵਿੱਚ ਕੋਈ ਇਤਰਾਜ਼ ਨਹੀਂ ਮੰਨਿਆ ਜਾਵੇਗਾ ਕਿਉਂਕਿ ਟਾਈਆਂ ਪਾ ਕੇ ਅਗਲਾ ਸ਼ੁਰੂ ਕੀਤਾ ਜਾਵੇਗਾ ਇਧਰਲੇ ਪਾਸੇ ਹੁਣ ਕਬੱਡੀ ਮੈਦਾਨ ਦੇ ਅੰਦਰ ਪਈ ਹੋਈ ਆ ਹੈਲੋ ਆ ਜੱਸਾ ਭਾਜੀ ਸਟੇਜ ਤੇ ਆਵੇ ਜੱਸਾ ਹਾਂਜੀ ਜੇਤੂ ਟੀਮਾਂ ਦੀਆਂ ਟਾਈਆਂ ਪੈ ਰਹੀਆਂ ਨੇ ਸਟੇਜ ਦੇ ਉੱਪਰ ਜੇਤੂ ਟੀਮਾਂ ਦਾ ਇੱਕ ਖਿਡਾਰੀ ਸਟੇਜ ਤੇ ਪੁੱਜੇ ਰੁੜਕਾ ਖੁਰਦ ਤੇ ਪੰਡੋਰੀ ਮਟੂਆਂ ਦੀ ਟੀਮ ਦਾ ਮੈਚ ਜਿਹੜਾ ਉਹ ਖੇਡ ਮੈਦਾਨ ਦੇ ਵਿੱਚ ਚੱਲ ਰਿਹਾ
अगले पासे कोशिश की डफा लाने वास्ते पर नंबर लीडर दे खाते जुड़ता हुआ बहुत वधिया मैच है दोनों टीमों के दरमियान उधले पासे देखी भी हुण कौन डकू इस खिलाड़ी नूं शानदार अंदाज नाल पाई हुई कबड्डी खेड मैदान विच बोलिया होया धावा ते आओ देखांगे भी हुण मुकाबला हो गया ते डबल टच दा फैसला पाल सिंह जी करदे हुए बई नंबर इस वेले रीडर दे खाते दे विच जुड़दा होया कबड्डी 365.com राही पूरी दुनिया दे विच आज दा खेड मेला टैलीकास्ट कीता जा रहा जिहड़े साडे वीर इस खेड मेले विदेशों में बैठ के तक रहे जिन्होंने सानू सहयोग दिता NRI वीर उन्हां सारयां दा मैं तहे दिलों धन्नवादी हाँ कि जो विदेशों में बैठ के भी मां खेड कबड्डी के चलते हुए इन्हां मैचों का आनंद माण रहे उधले पासे फिर कबड्डी पई हुई दर्शक सवेर तो जुड़े हुए ने इस खेड मैदान के नाल आनंद मार रहे ने सारे दर्शकों का भी धन्यवाद है ते इधरले पासे कबड्डी मैदान विच पई हुई है मुकाबला चल रहा है एक नंबर तो झपट मारी हुई है जफा लाने वास्ते पर नंबर इस वेले रेडर के खाते दे विच जुड़दा हुआ बहुत सोहना मुकाबला खेड मैदान विच चल रहा है उधरले पासे भी कोशिश की जा रही है नंबर लैण वास्ते बहुत सोहना अंदाज गभरू का कदे सजे हुंदा कदे खब्बे हुंदा तेज तरार नौजवान अपनी टीम वास्ते नंबर का वादा करता हुआ बहुत सोहनी फिर कोशिश की है जफा लाने वास्ते पर नंबर रेडर के खाते दे विच जुड़दा हुआ आओ देखते भी नौजवान अगली रेड पाने वास्ते खेड मैदान वधिया हुआ चार खिलाड़ी भी उधरले पासे तैयार पर तैयार ने मुकाबला बड़ा सोहना चल रहा खेड मैदान वध के टच लाउंदा आओ 30 सैकंड का हुण समा बीतता जा रहा है उधरले पासे एक नंबर तो फिर यतन किया जफा लाने वास्ते पर समा खत्म हो गया नंबर जापीदा है नंबर इस वेले रुड़का खुरद की टीम के खाते जुड़ गया उधले पासे